ਪਾਕ ਪੱਤਨ ਸ਼ਰੀਫ ਦੇ ਨਵਾਈ ਗਾਉਂ ਬੈਲਗੰਜ ਨੇ ਇੰਨੇ ਕੁ ਮਸਾਇਲ ਹਨ, ਇਹ ਯੂਨੀਅਨ ਕੌਂਸਲ ਵਹਿਦ ਹੈ ਕਿ ਜਿੱਥੇ ਹਾਸਪਿਟਲ ਗੰਗਾ ਰਾਮ ਨੇ ਸ਼ਾਖ ਬਣਾਈ ਹੋਈ ਹੈ ਇੱਥੇ 1890 ਦੇ ਵਿੱਚ, ਅਤੇ ਉਸ ਹਸਪਤਾਲ 'ਤੇ AWT ਵਾਲਿਆਂ ਨੇ ਕਬਜ਼ਾ ਕਰ ਲਿਆ, ਅਤੇ ਉਸ ਤੋਂ ਹੱਟ ਤੇ ਇੱਥੇ ਸਕੂਲ ਆਈ ਬੈਲਗੰਜ 'ਚ ਹੈ, ਅਤੇ ਉਹਦੀ ਤਾਦਾਦ ਵੀ 1000 ਦੇ ਕਰੀਬ ਹੈ, ਅਤੇ ਅਜੇ ਤੱਕ ਅਪਗ੍ਰੇਡ ਨਹੀਂ ਹੋਇਆ ਕਿ ਅੱਗੇ ਪਹਿਲੇ ਨਾਮ ਵੀ ਲਿਖਿਆ ਗਿਆ, ਕਈ ਸਕੂਲ ਹੋ ਗਿਆ ਅਪਗ੍ਰੇਡ ਅਤੇ ਇਹ ਸਕੂਲ ਨਾ ਹੋਇਆ, ਅਤੇ ਉਸ ਤੋਂ ਹੱਟ ਤੇ ਬੱਚਿਆਂ ਦਾ ਸਕੂਲ ਹੈ ਅਤੇ ਉੱਥੇ ਸਟਾਫ ਵੀ ਕੋਈ ਨਹੀਂ, ਅਤੇ ਆਹ ਹੁਣ ਕੋਈ ਡਿਵੈਲਪਮੈਂਟ ਤਰੱਕਿਆਤੀ ਕੰਮ ਸ਼ੁਰੂ ਹੋਏ ਹੋਏ ਨੇ, ਅਤੇ ਉਹਦੇ ਵਿੱਚ ਆਹ ਨਿਕਾਸੀ ਦਾ ਅਤੇ ਆਹ ਸਾਫ ਪਾਣੀ ਦਾ ਇਹ ਵਰਲਡ ਬੈਂਕ ਵਾਲਿਆਂ ਨੇ ਕੋਈ ਤਾਮਨ ਕੀਤਾ, ਲੇਕਿਨ ਇਹ ਠੇਕੇਦਾਰ ਵੀ ਇਮਾਨਦਾਰੀ ਨਾਲ ਕੰਮ ਨਹੀਂ ਕਰ ਰਿਹਾ, ਅਤੇ ਆਹ ਬਾਰਿਸ਼ਾਂ ਆਈਆਂ ਅਤੇ ਕਈ ਗਲੀਆਂ ਜਿਹੜੀਆਂ ਉਹਨਾਂ 'ਚ ਇੰਨਾ ਕੁ ਪਾਣੀ ਪੈ ਗਿਆ ਕਿਉਂਕਿ ਉਹ ਠੇਕੇਦਾਰ ਨੇ ਪਟਾਈਆਂ ਹੋਈਆਂ ਹਨ ਅਤੇ ਅਜੇ ਮੁਕੰਮਲ ਨਹੀਂ ਬਣਾਈਆਂ ਸੂ, ਜਦਕਿ ਉਹਦਾ ਹੱਕ ਬਣਦਾ ਹੈਗਾ ਕਿ ਇੱਕ ਗਲੀ ਬਣਾ ਲਈ, ਫਿਰ ਦੂਜੀ ਬਣਾਈ, ਫਿਰ ਤੀਜੀ ਬਣਾਈ, ਫਿਰ ਇਸ ਨੇ ਸਹਿਬ ਪੱਟ ਦਿੱਤੀਆਂ ਅਤੇ ਉਹ ਅਗਾਂਹ ਬਣਾਈਆਂ ਮੁਕੰਮਲ ਨਹੀਂ ਕੀਤੀਆਂ, ਅਤੇ ਇਹਲੇ ਇਲਾਕਾ ਦੇ ਲੋਕ ਆ ਜਿਹੜੀਆਂ ਬਾਰਿਸ਼ਾਂ ਆਈਆਂ ਅਤੇ ਗਰਨ ਜਾਵਣ ਤੋਂ ਔਖੇ ਹੋ ਗਏ, ਅਤੇ ਕਈਆਂ ਦੀਆਂ ਦੀਵਾਰਾਂ ਵੀ ਗਿਰ ਗਈਆਂ, ਅਤੇ ਸਾਡੀ ਵਜ਼ੀਰ ਆਜ਼ਮ ਪਾਕਿਸਤਾਨ ਅਤੇ ਵਜ਼ੀਰ ਆਲਾ ਪੰਜਾਬ ਅਤੇ ਆਲਾ ਹੁਕਾਮ ਅੱਗੇ ਅਪੀਲ ਹੈ ਕਿ ਫੌਰੀ ਤੌਰ 'ਤੇ ਇਸ ਗਾਉਂ ਨੂੰ ਮਿਸਾਲੀ ਪਿੰਡ ਦੀਆਂ ਸਹੂਲਤਾਂ ਦਿੱਤੀਆਂ ਜਾਵਣ, ਇਸ ਮਿਸਾਲੀ ਗਾਉਂ ਬਣਾਇਆ ਜਾਵੇ, ਅਹਿਲੇ ਇਲਾਕਾ ਦੇ ਲੋਕ ਦੁਆਵਾਂ ਦੇ ਸਨ। ਮੁਹੰਮਦ ਅਲੀ ਬੱਟੂ, ਸਾਬਕਾ ਕੌਂਸਲਰ, ਬੈਲਗੰਜ।